ਨਮਸਤੇ, ਤੁਸੀਂ ਦੇਖਿਆ ਗ੍ਰੇਟ ਜੰਮੂ ਤੇ ਮੈਂ ਪੰਕਜ ਖੁਜਰੀਆ। ਯੁਵਾ ਰਾਜਪੂਤ ਸਭਾ ਦੁਆਰਾ ਅੱਜ ਆਜ਼ਾਦੀ ਦੇ ਦਿਹਾੜੇ ਦੇ ਉਪਲੱਖਣ ਕਰੇ ਰਹੇ ਹੈ। ਫਲੈਗ ਹੋਸਟਿੰਗ ਮਹਾਰਾਜਾ ਹਰੀ ਸਿੰਘ ਸਟੈਚੂ ਪਰ ਕੀਤੀ ਜਾ ਰਹੀ ਹੈ। ਯੁਵਾ ਰਾਜਪੂਤ ਸਭਾ ਦੇ ਪ੍ਰਧਾਨ ਜਿਹੜੇ ਨੇ ਉਹ ਇੱਥੇ ਆਏ ਦੇ ਨੇ, ਬਿਕਰਮ ਸਿੰਘ ਚਿੱਬ ਹੋਰ, ਔਰ ਫਲੈਗ ਹੋਸਟਿੰਗ ਕਰਾ ਰਹੇ ਨੇ। ਭਾਰਤ ਮਾਤਾ ਕੀ ਜੈ ਘੋਸ਼ ਕਰਨਾ ਜਿਹੜੇ ਆ ਤਸਵੀਰਾਂ ਤੁਸੀਂ ਜਿਹੜੀਆਂ ਨੇ ਇਸ ਲਈ ਦਿਖਾ ਦਿਓ ਗ੍ਰੇਟਰ ਜੰਮੂ ਦੇ ਮਾਧਿਅਮ 'ਚ। ਔਰ ਫਲੈਗ ਹੋਸਟਿੰਗ ਜਿਹੜੀ ਹੈ ਇਸ ਲਈ ਯੁਵਾ ਰਾਜਪੂਤ ਸਭਾ ਦੁਆਰਾ ਕੀਤੀ ਜਾ ਰਹੀ ਹੈ। ਔਰ ਤਸਵੀਰਾਂ ਤੁਸੀਂ ਇਸ ਲਈ ਦਿਖਾ ਦਿਓ ਤਸਵੀਰਾਂ ਜਿਹੜੀਆਂ ਨੇ ਇਸ ਲਈ ਤਸਵੀਰਾਂ ਇਸ ਲਈ ਦੋ ਜਿਹੜੀਆਂ ਉਹ ਮਹਾਰਾਜਾ ਹਰੀ ਸਿੰਘ ਸਟੈਚੂ ਕੋਲ ਦਿਖਾ ਦਿਓ। ਔਰ ਇਸ ਸਟੈਚੂ ਉੱਪਰ ਜਿਹੜੇ ਆ ਅੱਜ ਫਲੈਗ ਹੋਸਟਿੰਗ ਹੋ ਰਹੀ ਹੈ ਇਹ ਤਵੀ ਦੇ ਪੁਲ ਉੱਪਰ ਮਹਾਰਾਜਾ ਹਰੀ ਸਿੰਘ ਜੀ ਸਟੈਚੂ। ਯੁਵਾ ਰਾਜਪੂਤ ਸਭਾ ਦੁਆਰਾ ਜਿਹੜੀ ਹੈ ਫਲੈਗ ਹੋਸਟਿੰਗ ਕੀਤੀ ਗਈ ਹੈ। ਭਾਰਤ ਮਾਤਾ ਕੀ ਜੈ ਜੈ ਘੋਸ਼ ਕਰਨਾ ਜਿਹੜਾ ਹੈ ਉਹ ਰਾਸ਼ਟਰੀ ਗੀਤ ਸਭ ਤੋਂ ਪਹਿਲਾਂ ਤਾਂ ਸਾਰੇ ਭਾਰਤ ਵਰਸ਼ੀ ਅੱਜ ਬੜੀ ਬੜੀ ਸ਼ੁਭਕਾਮਨਾਵਾਂ ਕਿ 78ਵਾਂ ਸੁਤੰਤਰਤਾ ਦਿਵਸ ਜਿਹੜਾ ਅਸੀਂ ਮਨਾ ਰਹੇ ਹਾਂ, ਸਾਰੇ ਜੰਮੂ ਵਾਸੀ ਸਾਰੇ ਦੇਸ਼ ਵਾਸੀਆਂ ਬੜੀ ਬੜੀ ਵਧਾਈ ਹੈ ਇਹਦੀ। ਔਰ ਅਸ ਜੰਮੂ ਵਾਸੀ ਇਹ ਆਖਗੇ ਕਿ ਇਹਦੇ ਪਰ ਸਾਡੇ ਲੋਕ ਬੜੇ ਬਲੀਦਾਨ ਦਿੱਤੇ ਦੇ ਨੇ ਇਸ ਦੇਸ਼ ਵਾਸਤੇ। ਅਸੀਂ ਤਿਰੰਗੇ ਦੇ ਦੁਹਾਜੇ ਥੱਲੇ ਖੜੋਤੇ ਹਾਂ, ਅੱਜ ਇਸ ਤਿਰੰਗੇ ਵੀ ਅਸੀਂ ਲਹਿਰਾਉਂਦੇ ਹੁੰਦੇ ਹਾਂ। ਔਰ ਪੂਰੇ ਭਾਰਤ ਵਰਸ਼ ਇਹ ਤਿਉਹਾਰ ਜਿਹੜਾ ਬੜੀ ਧੂਮਧਾਮ ਨਾਲ ਮਨਾਉਂਦੇ ਹੁੰਦੇ ਹਾਂ। ਤਾਂ ਇਹ ਆ ਅੱਗੇ ਜਿਹੜੀ ਅੱਜ ਦੀ ਨਵੀਂ ਪੀੜ੍ਹੀ ਹੈ ਇਹ ਨਸ਼ੇ ਵਾਲੀ ਪੱਖੀ ਦੌੜਾ ਦੀ ਹੈ। ਅਗਰ ਪ੍ਰੇਮ ਕਰਨਾ ਤਾਂ ਆਪਣੇ ਦੇਸ਼ ਕਹਿੰਦਾ ਕਰੋ, ਆਪਣੇ ਆਪਣੇ ਸਟੇਟ ਕਹਿੰਦਾ ਕਰੋ, ਕਿਉਂਕਿ ਅੱਜ ਦਾ ਜਿਹੜਾ ਦੌਰ ਹੈ ਇਹ ਚਿੱਟੇ ਦਾ ਦੌਰ ਚੱਲਾ ਦਾ ਔਰ ਸਾਰਾ ਜਿਹੜਾ ਯੂਥ ਹੈ ਇਹ ਚਿੱਟੇ ਵਾਲੀ ਪੱਖੀ ਦੌੜੀ ਪੈਦਾ। ਅਸੀਂ ਇਹ ਆਖਗੇ ਕਿ ਸਾਡੇ ਬਜ਼ੁਰਗਾਂ ਬੜੀ ਕੁਰਬਾਨੀਆਂ ਦਿੱਤੀ ਦੀਆਂ ਨੇ ਇਸ ਦੇਸ਼ ਵਾਸਤੇ, ਅਤੇ ਅੱਜ ਵੀ ਕੱਲ੍ਹ ਵੀ ਇੱਕ ਸ਼ਹਾਦਤ ਜਿਹੜੀ ਕੱਲ੍ਹ ਵੀ ਕੈਪਟਨ ਸਾਹਿਬ ਦੀ ਸ਼ਹਾਦਤ ਹੋਈ ਹੈ, ਅੱਜ ਵੀ ਕੁਰਬਾਨੀਆਂ ਲਗਾਤਾਰ ਦਿਆਂ ਇਹਦਾ ਅਸੀਂ ਦੇਸ਼ ਕੀ ਬਚਾਈਆ ਰੱਖੇਦਾ। ਅਸੀਂ ਇਹ ਆਖਗੇ ਕਿ ਅੱਜ ਹਿੰਦੁਸਤਾਨ ਦਾ ਤਾਜ ਜਿਹੜਾ ਜੰਮੂ ਕਸ਼ਮੀਰੀ ਆਖਿਆ ਜਾਂਦਾ ਔਰ ਸਾਡਾ ਖਾਸ ਕਰੀ ਸਾਡਾ ਡੋਗਰਿਆਂ ਦਾ ਫਰਜ਼ ਹੈ ਕਿ ਇਸ ਤਾਜ ਕੀ ਅਸੀਂ ਹਮੇਸ਼ਾ ਤਾਜ ਬਣਾਈਆ ਰੱਖਣਾ ਔਰ ਤਾਜ ਤਾਂ ਹੀ ਬਣੀਆਂ ਰਹੋ ਜੇ ਸਾਡੀ ਨਵੀਂ ਪੀੜ੍ਹੀ ਜਿਹੜੀ
ਉਹ ਨਸ਼ੇ ਕੋਲੋਂ ਦੂਰ ਰਹੋ। ਪ੍ਰਧਾਨ ਜੀ ਇੱਕ ਸਮਾਂ ਬਾਤ ਕਰਤੇ ਹੈ ਹਮ ਉਨ ਲੋਗੋਂ ਕੀ ਜੋ ਦੇਸ਼ ਕੇ ਲਿਏ ਜਾਨ ਹੈ ਵੋ ਗਵਾ ਦੇਤੇ ਹੈ, ਦੇਸ਼ ਕੇ ਲਿਏ ਆਪਣੀ ਜਾਨ ਦੇਣੇ ਕੇ ਲਿਏ ਨਿਛਾਵਰ ਰਹਤੇ ਭਾਈ ਦੂਸਰੀ ਔਰ ਐਸੇ ਮੁਖਬਰ ਹਮਾਰੇ ਜੋ ਕਸ਼ਮੀਰ ਮੇਂ ਭਾਰਤ ਕੇ ਅਲਗ ਅਲਗ ਜਗ੍ਹਾਓਂ ਪੇ ਦੇਖਨੇ ਕੇ ਲਿਏ ਜੋ ਆਪਣੇ ਹੀ ਦੇਸ਼ ਮੇਂ ਰਹਿ ਕੇ ਦੇਸ਼ ਕੀ ਦਲਾਲੀ ਕਰਦੇ ਹੈ। ਦੇਖੋ ਜਿਹੜੇ ਐਸੇ ਦਲਾਲ ਨੇ ਮੈਂ ਤਾਂ ਆਖਾਂਗੇ ਐਸੇ ਲੋਕਾਂ ਦੀ ਦੇਸ਼ ਦਰੋਹ ਦਾ ਮੁਕਦਮਾ ਲੱਗਣਾ ਚਾਹੀਦਾ ਔਰ ਐਸੇ ਲੋਕ ਸਜ਼ਾ ਮਿਲਣੀ ਚਾਹੀਦੀ ਹੈ, ਕਿਉਂਕਿ ਅਸ ਦੇਸ਼ ਪ੍ਰੇਮੀ ਲੋਕ ਹਾਂ, ਹਮੇਸ਼ਾ ਦੇਸ਼ ਹਿੱਤ ਦੀ ਗੱਲ ਕਰਨੀ ਉਹਨਾਂ ਖਾਸ ਕਰੀ ਹੈ ਜੰਮੂ ਦੇ ਲੋਕ ਹਮੇਸ਼ਾ ਦੇਸ਼ ਦੇ ਹਿੱਤ ਦੀ ਗੱਲ ਕੀਤੀ ਔਰ ਜੰਮੂ ਦੇ ਜਿੰਨੇ ਵੀ ਸਾਡੇ ਨੌਜਵਾਨ ਨੇ ਖਾਸ ਕਰੀਏ ਤੁਸੀਂ ਕਾਰਗਿਲ 'ਚ ਵੀ ਦੇਖਿਆ ਹੋਣਾ ਕਿ ਕਾਰਗਿਲ 'ਚ ਵੀ ਸਭ ਤੋਂ ਜ਼ਿਆਦਾ ਸ਼ਹਾਦਤਾਂ ਜਿਹੜੀਆਂ ਡੋਗਰੇ ਦਿੱਤੀਆਂ ਨੇ। ਅਸੀਂ ਆਖੀਏ ਅਸ ਦੇਸ਼ ਕੀ ਹਮੇਸ਼ਾ ਸਤ ਸਤ ਨਮਨ ਕਰਨੇ ਹਾਂ ਔਰ ਜਿਹੜਾ ਹਾਕਾ ਹੀ ਮਹਾਰਾਜਾ ਹਰੀ ਸਿੰਘ ਨੇ ਧਵਜ ਦੇ ਥੱਲੇ ਖੜਾਉਣੇ ਦਾ ਦਿੱਤੇ ਦਾ ਅੱਜ ਉਸ ਮਹਾਰਾਜਾ ਹਰੀ ਸਿੰਘ ਵੀ ਨਮਨ ਕਰਨੇ ਆਉਂਦੀ ਆਤਮਾ ਕੀ ਸ਼ਾਂਤੀ ਮਿਲਿਆ ਉਹਨੇ ਵੀ ਨਮਨ ਕਰਿਆ ਕਿਉਂਕਿ ਉਹਨੇ ਅਸੀਂ ਇੱਕ ਬੜਾ ਅੱਛਾ ਮੌਕਾ ਦਿੱਤਾ ਇਸ ਧਵਜ ਦੇ ਥੱਲੇ ਕਰਨੇ। ਲੇਕਿਨ ਮੈਂ ਜੰਮੂ ਕਸ਼ਮੀਰ ਪ੍ਰਸ਼ਾਸਨ ਦੀ ਨਾਕਾਮੀ ਸਮਝਣਾ, ਅੱਜ ਵੀ ਧਵਜ ਦੇਖ ਲਓ ਉੱਪਰੋਂ ਫਟੇ ਦਾ, ਜਿਹੜਾ ਧਵਜ ਨੇ ਇੱਥੇ ਲਾਏ ਦਾ ਉਹ ਵੀ ਅੱਜ ਫਟੇ ਦਾ। ਅੱਜ 15 ਅਗਸਤ ਹੈ, ਇੱਥੇ ਧਵਜ ਨਵਾਂ ਲੱਗਣਾ ਚਾਹੀਦਾ ਲੇਕਿਨ ਅੱਜ ਵੀ ਇਹ ਧਵਜ ਫਟੇ ਦਾ। ਅਸੀਂ ਇਸ ਚੀਜ਼ ਜੰਮੂ ਕਸ਼ਮੀਰ ਦੀ ਪ੍ਰਸ਼ਾਸਨ ਦੀ ਨਾਕਾਮ ਸਮਝਣੀ ਇਹਦੇ ਵਿੱਚ ਐਸੇ ਮੌਕੇ ਪਰ ਇੱਥੇ ਧਵਜ ਜਿਹੜਾ ਨਵਾਂ ਲੱਗਣਾ ਚਾਹੀਦਾ, ਚਾਹੇ 26 ਜਨਵਰੀ ਜਾਂ 15 ਅਗਸਤ, ਮੈਂ ਤਾਂ ਆਖਣਾ ਇੱਥੇ 15-15 ਦਿਨ ਦਾ ਬਾਅਦ ਧਵਜ ਜਿਹੜਾ ਚੇਂਜ ਹੋਣਾ ਚਾਹੀਦਾ। ਸਾਰੇ ਜੰਮੂ ਕਸ਼ਮੀਰ ਦੇ ਹਿੰਦੁਸਤਾਨ ਦੇ ਨਿਵਾਸੀ ਕੀ ਸੁਤੰਤਰਤਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਇਹ ਜਿਹੜਾ ਅਸ ਯੁਵਾ ਰਾਜਪੂਤ ਸਭਾ, ਤੁਸੀਂ ਪਤਾ ਹਰ ਸਾਲ 15 ਅਗਸਤ 26 ਜਨਵਰੀ ਦਾ ਝੰਡਾ ਜਿਹੜਾ ਉਹ ਮਹਾਰਾਜਾ ਦੇ ਸਟੈਚੂ ਥੱਲਾ ਨਹੀਂ ਚੜ੍ਹਦੀ ਹੈ, ਕਿਉਂਕਿ ਅਸੀਂ ਕੀ ਇਹ ਜਿਹੜਾ ਝੰਡੇ ਦਾ ਮਾਣ ਹੈ, ਇਹਦਾ ਸਨਮਾਨ ਜਿਹੜਾ ਅਸੀਂ ਕੀ ਮਹਾਰਾਜਾ ਹਰੀ ਸਿੰਘ ਹੋਰਾਂ ਦਿੱਤੇ ਦਾ ਉਹਨੇ ਦਸਤਖਤ ਕਰੀਏ ਵਿਜੇ ਦਿਵਸ ਉੱਪਰ ਅਸੀਂ ਕੀ ਹਿੰਦੁਸਤਾਨੀ ਬਣਾਇਆ ਦਾ। ਅੱਜ ਸਾਰੇ ਜੰਮੂ ਕਸ਼ਮੀਰ ਦੇ ਨਿਵਾਸੀ ਖਾਸ ਕਰ ਇੰਨੀ ਗੱਲ ਆਖਣਾ ਕਿ 15 ਅਗਸਤ ਹੋਇਆ, 26 ਜਨਵਰੀ ਹੋਇਆ, 23 ਸਪਤੰਬਰ ਹੋਇਆ, ਵਿਜੇ ਦਿਵਸ ਹੋਇਆ, ਇਸ ਸਟੈਚੂ ਬਣਾਉਣੀ ਹੈ। ਇੱਕ ਵਾਰੀ ਨਹੀਂ ਕਿ ਪ੍ਰਣਾਮ ਜ਼ਰੂਰ ਕਰਨਾ ਚਾਹੀਦਾ, ਕਿਉਂਕਿ ਇਹਦੀ ਬਦੌਲਤ ਅਸੀਂ ਹਿੰਦੁਸਤਾਨੀ ਹਾਂ। ਇਹਨਾਂ ਸਾਡੀਆਂ ਜਿਹੜੀ ਸਰਹੱਦ ਹੈਗੀਆਂ, ਸਾਡੇ ਮਹਾਰਾਜਾ ਹੈ, ਉਹ ਗਿਲਗਿਤ ਬਲੋਚਿਸਤਾਨ ਤੋਂ ਹੀ ਵਧਾਈ ਦੀਆਂ ਜਿਹੜੀਆਂ ਅੱਜ ਅਸੀਂ ਕੀ ਬੜੀ ਨਿੱਕੀ ਨਿੱਕੀ ਇਹ ਕਰੀਏ ਤਾਂ ਇੰਨਾ ਨਿੱਕਾ ਕਰੀ ਲਿਆ। ਅਸ ਆਵਾਮ ਅੱਗੇ ਵੀ ਅਤੇ ਇਹ ਸਰਕਾਰ ਅੱਗੇ ਵੀ ਅਪੀਲ ਕਰਦੇ ਹਾਂ ਕਿ ਜਲਦ ਕੋਲੋਂ ਜਲਦ ਅਸੀਂ ਕੀ ਜਿਹੜੀ ਸਾਡੀ ਮਹਾਰਾਜਾ ਦੀ ਸਟੇਟ ਸੀ ਉਹ ਵੀ ਵਾਪਸ ਮਿਲਣੀ ਚਾਹੀਦੀ। ਅੱਜ ਕੱਲ੍ਹ ਇੰਨੀ ਕੁ ਗੱਲ ਆਖਦੇ ਜੀ, ਸਾਰਿਆਂ ਕੀ ਇੱਕ ਵਾਰੀ ਪ੍ਰਤੀ ਹੈ ਸੁਤੰਤਰਤਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਆਈ ਹੈ ਮਹਾਰਾਜਾ ਦੇ ਸਟੈਚੂ ਉੱਪਰ ਇੱਕ ਵਾਰੀ ਜ਼ਰੂਰ, ਕਿਉਂਕਿ ਇਹਨੇ ਇਹਦੀ ਵਜ੍ਹਾ ਕਰਨਾ ਕਿ ਅਸ ਅੱਜ ਹਿੰਦੁਸਤਾਨੀਆਂ ਜਿਹੜਾ ਤਿਰੰਗਾ ਸਾਡੀ ਅੱਜ ਜਿਹਦੇ ਪਰ ਅਸੀਂ ਫਿਰ ਮਿਟਣ ਲਈ ਤਿਆਰ ਹੁੰਦੇ ਹਾਂ ਉਹ ਅਸੀਂ ਕੀ ਮਹਾਰਾਜਾ ਹਰੀ ਸਿੰਘ ਜੀ ਦੇਣ ਹੈ। ਜੈ ਹਿੰਦ, ਜੈ ਜੰਮੂ ਕਸ਼ਮੀਰ। ਫਲੈਗ ਹੋਸਟਿੰਗ ਦਾ ਜਿਹੜਾ ਅੱਜ ਇੱਥੇ ਕਾਰਜਕ੍ਰਮ ਕੀਤਾ ਗਿਆ ਔਰ ਇਸ ਕਾਰਜਕ੍ਰਮ ਦੇ ਤਹਿਤ ਮੈਂ ਦੇਖਿਆ ਤਾਂ ਯੁਵਾ ਰਾਜਪੂਤ ਸਭਾ ਸਮਸਤ ਟੀਮ ਕਨੈਕਟ ਥਾਈ ਔਰ ਮਹਾਰਾਜ ਹਰੀ ਸਿੰਘ ਦੇ ਸਟੈਚੂ ਕੋਲ ਜਿਹੜਾ ਆ ਫਲੈਗ ਹੋਸਟਿੰਗ ਕੀਤਾ, ਹਾਲਾਂਕਿ ਇੱਥੇ ਇੱਕ ਵੱਡਾ ਫਲੈਗ ਵੀ ਜਿਹੜਾ ਆ ਐਸੋਸੀਏਸ਼ਨ ਦੀ ਤਰਫਾ ਇੱਥੇ ਲਾਇਆ ਗਿਆ ਔਰ ਅੱਜ ਪੂਰੇ ਭਾਰਤ ਵਰਸ਼ ਦੇ ਵਿੱਚ ਜਿਹੜਾ ਆ ਉਹ ਇਸ ਦਿਹਾੜੇ ਬੜੇ ਧੂਮਧਾਮ ਨਾਲ ਮਨਾਇਆ ਜਾਂਦਾ ਔਰ ਇਸ ਦਿਹਾੜੇ 'ਚ ਜਿਹੜਾ ਫਰੀਡਮ ਫਾਈਟਰ ਦਾ ਕੰਟਰੀਬਿਊਸ਼ਨ ਹੈ ਉਸੀ ਟ੍ਰਿਬਿਊਟ ਵੀ ਪੇ ਹੁੰਦਾ ਔਰ ਸੈਲੀਬ੍ਰੇਸ਼ਨ ਵੀ ਜਿਹੜੀ ਹੈ ਸੁਤੰਤਰਤਾ ਦਿਵਸ ਦੀ ਇਹ ਕੀਤੀ ਜਾਂਦੀ ਹੈ। ਬਹਰਹਾਲ ਇਸ ਸਾਰੀ ਡਿਵੈਲਪਮੈਂਟ ਦੀ ਤੁਸੀਂ ਕਿਵੇਂ ਦੇਖਦੇ ਹੋ, ਜਿਹੜੇ ਜਗ੍ਹਾ ਜਗ੍ਹਾ ਜਿਹੜੇ ਅੱਜ ਲੋਕ ਇਸ ਰਾਸ਼ਟਰੀ ਪਰਵ ਵੀ ਬੜੇ ਧੂਮਧਾਮ ਨਾਲ ਮਨਾ ਦੇਣ। ਆਪਣੀ ਵੈਲਿਊ ਰਾਏ ਕਮੈਂਟ ਸੈਕਸ਼ਨ ਜ਼ਰੂਰ ਰੱਖਿਓ, ਕਮੈਂਟ ਸੈਕਸ਼ਨ ਜੈਨ ਜ਼ਰੂਰ ਲਿਖਿਓ। ਦੇਖ ਰਹੋ ਗ੍ਰੇਟਰ ਜੰਮੂ ਕੈਮਰਾ ਪਰਸਨ ਅਰਜੁਨ ਸਿੰਘ ਨੇ ਪੰਗਾ ਕਰੀ ਦੇ ਜਾ।